जय गुरुदेव, धन गुरुदेव, जय भीम, जय भारत। गुरु प्यारी साध संगत जी, कल सोशल मीडिया दे उत्ते एक पोस्ट देखी आ बीबीसी लंडन तो, जिस दे विच बलदेव झल्ली नां दा एक व्यक्ति जिहड़ा संतां महापुरशां नूं डेरियां नूं बहुत एक डिबेट दे विच गलत बोलदा आ। ते मैं उस झल्ली नूं इह कहना चाहुंदा आ कि तूं कहिंदा आ कि संतां नूं सतगुरु कहिंदे आ, ਉਹ ਅਸੀਂ ਸਤਿਗੁਰੂ ਕਹੀਏ, ਅਸੀਂ ਜੋ ਮਰਜ਼ੀ ਕਹੀਏ, ਤੂੰ ਸਾਲਾ ਲੱਗਦਾ ਸਾਡਾ, ਤੇਰੇ ਕਹੇ ਤੇ ਅਸੀਂ ਤੇਰੇ ਕਹੇ ਤੇ ਬੋਲੀਏ। ਅਸੀਂ ਆਪਣੇ ਆਪਣੇ ਸਤਿਗੁਰਾਂ ਨੂੰ, ਆਪਣੇ ਗੁਰੂਆਂ ਨੂੰ ਜਿਹੜਾ ਮਰਜ਼ੀ ਉਹਨਾਂ ਦੇ ਸਤਿਕਾਰ ਦੇ ਵਿੱਚ ਲਫ਼ਜ਼ ਵਰਤ ਸਕਦੇ ਹਾਂ, ਤੂੰ ਕੌਣ ਹੁੰਦਾ ਕਹਿਣ ਵਾਲਾ? ਨਾਲੇ ਇੱਕ ਗੱਲ ਸੁਣ ਲਾ ਬਲਦੇਵ, ਆ ਤੈਨੂੰ ਮਹਾਰਾਜ ਨੇ ਜਵਾਨ ਦਿੱਤੀ ਆ ਸਹੀ ਬੋਲਣ ਨੂੰ, ਰੋਟੀ ਪਾਣੀ ਖਾਣ ਨੂੰ, ਤੈਨੂੰ ਗਲਤ ਬੋਲਣ ਨੂੰ ਨਹੀਂ ਦਿੱਤੀ। ਜੇ ਤੂੰ ਸੰਤਾਂ ਮਹਾਂਪੁਰਸ਼ਾਂ ਨੂੰ ਗਲਤ ਬੋਲਣਾ ਨਾ ਕਿਸੇ ਵੀ ਡੇਰੇ ਵਾਲਿਆਂ ਨੂੰ, ਆ ਜਿੱਦਾਂ ਦੀ ਮੈਂ ਤੇਰੀ ਸ਼ਕਲ ਦੇਖੀ ਆ ਸੋਸ਼ਲ ਮੀਡੀਆ ਦੇ ਉੱਤੇ, ਮਾਰ ਮਾਰ ਕੇ ਜੁੱਤੀਆਂ ਇੱਦਾਂ ਦਾ ਤੇਰਾ ਸਿਰ ਕਰ ਦਿਆਂਗੇ। ਤੂੰ ਸਾਲਾ ਲੱਗਦਾ ਸਾਨੂੰ ਕਹਿਣ ਵਾਲਾ ਸੀ, ਜਿੱਦਾਂ ਮਰਜ਼ੀ ਆਪਣੇ ਗੁਰੂਆਂ ਨੂੰ ਜਿਹੜੇ ਮਰਜ਼ੀ ਸਤਿਕਾਰ ਨਾਲ ਲਫ਼ਜ਼ ਨਾ ਬੁਲਾਈਏ ਉਹਨਾਂ ਨੂੰ, ਤੂੰ ਕੌਣ ਹੁੰਦਾ ਕਹਿਣ ਵਾਲਾ? ਉਹ ਨਾਲੇ ਗੱਲ ਸੁਣੋ, ਤੂੰ ਕਹਿੰਦਾ ਜਿਹੜਾ ਰਵਿਦਾਸ ਮਹਾਰਾਜ ਦਾ ਸਰੂਪ ਆ ਉਹ ਵੀ ਗਲਤ ਆ, ਉਹ ਵੀ ਝੂਠਾ ਆ ਸਾਲਿਆ। ਤੂੰ PhD ਕੀਤੀ ਹੋ ਰਵਿਦਾਸ ਮਹਾਰਾਜ ਤੇ, ਕਿੰਨੇ ਸਾਲ ਗਾਲੇ ਹੋ ਆ ਤੂੰ? ਤੂੰ ਕੌਣ ਹੁੰਦਾ ਕਹਿਣ ਵਾਲਾ? ਇਹਨਾਂ ਦੇ ਉੱਤੇ ਬੁੱਧੀਜੀਵੀ ਆ ਜਿਨ੍ਹਾਂ ਨੇ 10-10, 20-20 ਸਾਲ PhDਆਂ ਕੀਤੀਆਂ ਆ, ਉਹ ਤਾਂ ਇਹਨਾਂ ਦੇ ਉੱਤੇ ਡਿਬੇਟ ਵੀ ਕਰਨ। ਤੂੰ ਕੌਣ ਹੁੰਦਾ? ਇੱਕ ਸਾਲਾ ਕੁੱਤਿਆਂ ਨੂੰ ਭੌਂਕਣ ਵਾਲਾ, ਤੂੰ ਸਾਲਾ ਕਹਿਣ ਡਿਆ ਰਵਿਦਾਸ ਮਹਾਰਾਜ ਦਾ ਸਰੂਪ ਗਲਤ ਆ? ਗੱਲ ਸੁਣੋ ਬਲਦੇਵ ਝੱਲੀ, ਨਾਲੇ ਜਦੋਂ ਦਾ ਰਵਿਦਾਸੀਆ ਧਰਮ ਬਣਿਆ ਨਾ, ਤੇ ਤੈਨੂੰ ਮਿਰਚਾਂ ਵੀ ਬਹੁਤ ਲੱਗੀਆਂ ਆ। ਨਾਲੇ ਇੱਕ ਗੱਲ ਹੋਰ ਸੁਣ ਲਾ, ਅਸੀਂ ਤੈਨੂੰ ਡਿਬੇਟ ਕਰਨ ਤੋਂ ਨਹੀਂ ਰੋਕਦੇ, ਤੂੰ ਡਿਬੇਟ ਕਰ, ਗੱਲ ਜਿਹੜੀ ਮਰਜ਼ੀ ਕਰ, ਪਰ ਇੱਜ਼ਤ ਨਾ ਕਰ, ਮਾਨ ਸਨਮਾਨ ਨਾ ਕਰ ਛੋਟੇ ਵੱਡਿਆਂ ਦੀ ਨਾਲ, ਤੇ ਸੰਤਾਂ ਮਹਾਂਪੁਰਸ਼ਾਂ ਨੂੰ ਵੀ ਮਾਨ ਸਨਮਾਨ ਨਾਲ ਬੋਲ। ਗੱਲਬਾਤ ਤੂੰ ਜਿਹੜੀ ਮਰਜ਼ੀ ਰੱਖ, ਤੂੰ ਇਹ ਗੱਲ ਤੇਰਾ ਧੰਦਾ ਆ ਇਹ ਲੋਕਾਂ ਨਾਲ ਗੱਲਬਾਤ ਕਰਨ ਦਾ, ਪਰ ਇਹਦਾ ਮਤਲਬ ਇਹ ਨਹੀਂ ਤੂੰ ਸੰਤਾਂ ਮਹਾਂਪੁਰਸ਼ਾਂ ਨੂੰ ਗਲਤ ਬੋਲੇ। ਹੋਰ ਤੂੰ ਹੱਦ ਤੋਂ ਜ਼ਿਆਦਾ ਗਲਤ ਬੋਲਦਾ, ਤੈਨੂੰ ਇੱਕ ਵਾਰੀ ਹੁਣ ਬੰਦਿਆਂ ਵਾਂਗੂ ਦੱਸ ਦਿੰਦੇ, ਇੱਕ ਵਾਰੀ ਆਪਣੀ ਜਵਾਨ ਦੇ ਉੱਤੇ ਨਾ ਲਗਾਮ ਦੇ ਕੇ ਰੱਖ, ਨਹੀਂ ਤਾਂ ਅੱਗੇ ਅਗਲੀ ਵਾਰ ਕੋਈ ਇੱਦਾਂ ਦੀ ਤੂੰ ਕੋਈ ਗਲਤ ਪੋਸਟ ਪਾਈ ਨਾ, ਤੇ ਗਾਲਾਂ ਦਾ ਭੰਡਾਰ ਪਾ ਦਿਆਂਗੇ ਤੇਰੀ ਝੋਲੀ ਚ। ਜੈ ਗੁਰਦੇਵ, ਧੰਨ ਗੁਰਦੇਵ।